ਨਸ਼ਾ ਤੇ ਬੇਰੋਜ਼ਗਾਰੀ ਦੋਵੇਂ ਹੀ ਪੰਜਾਬ ਦੀ ਜਵਾਨੀ ਨੂੰ ਕੁਣ ਵਾਂਗ ਖਾ ਰਹੇ ਨੇ। ਬੇਰੋਜ਼ਗਾਰੀ ਤੋਂ ਤੰਗ ਆਏ ਉੱਚ ਪੜ੍ਹਾਈ ਕਰ ਚੁੱਕੇ ਨੌਜਵਾਨ ਹੀ ਨਸ਼ੇ ਵੱਲ ਰੁਕ ਕਰਦੇ ਨੇ ਤੇ ਫਿਰ ਨਸ਼ਾ ਖਰੀਦਣ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਪਰ ਹੁਣ ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਜੀ ਹਾਂ, ਬੀਤੇ ਕੁਝ ਸਮੇਂ ਦੌਰਾਨ ਅੰਮ੍ਰਿਤਸਰ ਦੇ ਕਈ ਏਟੀਐਮ ਲੁੱਟੇ ਗਏ ਨੇ ਤੇ ਨਾ ਤਾਂ ਉਹਨਾਂ ਲੁੱਟਾਂ ਨੂੰ ਅੰਜਾਮ ਦੇਣ ਵਾਲਾ ਕੋਈ ਆਮ ਇਨਸਾਨ ਹੈ ਤੇ ਨਾ ਹੀ ਉਸਦੇ ਚੋਰੀ ਕਰਨ ਦਾ ਤਰੀਕਾ। ਚੋਰ ਦੀ ਪਹਿਚਾਣ ਦੀਪਕ ਨਾਥ ਹੋਈ ਹੈ ਜੋ ਕਿ ਬੀਐਸਸੀ ਦਾ ਉੱਚ ਕੋਟੀ ਦਾ ਵਿਦਿਆਰਥੀ ਸੀ ਤੇ ਉਸਨੇ ਏਟੀਐਮ ਮਸ਼ੀਨਾਂ ਠੀਕ ਕਰਨ 'ਚ ਮੁਹਾਰਤ ਹਾਸਲ ਕੀਤੀ ਹੋਈ ਸੀ ਤੇ ਕੁਝ ਦਿਨ ਪਹਿਲਾਂ ਤੱਕ ਉਹ ਏਟੀਐਮ ਠੀਕ ਕਰਨ ਵਾਲੀ ਕੰਪਨੀ 'ਚ ਕੰਮ ਕਰਦਾ ਸੀ। ਪਰ ਉਹ ਨੌਕਰੀ ਦੇ ਨਾਲ ਨਾਲ ਬੀਤੇ ਸਮੇਂ ਤੋਂ ਅਜਿਹਾ ਘਿਨੌਣਾ ਕੰਮ ਕਰ ਰਿਹਾ ਸੀ ਜਿਸਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ। ਏਟੀਐਮ ਬਾਰੇ ਪੂਰੀ ਜਾਣਕਾਰੀ ਹੋਣ ਦੇ ਚਲਦਿਆਂ ਦੀਪਕ ਨੂੰ ਏਟੀਐਮ ਮਸ਼ੀਨ ਖੋਲ੍ਹਣ ਦੀ ਪੂਰੀ ਜਾਣ ਸੀ ਤੇ ਜਦੋਂ ਉਹ ਕਿਸੇ ਬੈਂਕ ਦਾ ਏਟੀਐਮ ਠੀਕ ਕਰਨ ਜਾਂਦਾ ਸੀ ਤਾਂ ਉਸ ਸਮੇਂ ਬੈਂਕ ਮੈਨੇਜਰ ਵੱਲੋਂ ਵਰਤੇ ਜਾਂਦੇ ਕੋਡ ਨੂੰ ਵੀਡੀਓ ਦੇ ਜ਼ਰੀਏ ਆਪਣੇ ਫੋਨ 'ਚ ਕੈਦ ਕਰ ਲੈਂਦਾ ਸੀ ਤੇ ਰਾਤ ਦੇ ਸਮੇਂ ਆਪਣੇ ਸਾਥੀ ਸ਼ਮਸ਼ੇਰ ਨਾਲ ਮਿਲ ਕੇ ਏਟੀਐਮ ਮਸ਼ੀਨਾਂ ਨੂੰ ਚੋ ਪੈਸੇ ਚੋਰੀ ਕਰ ਲੈਂਦਾ ਸੀ। ਜਿਸ ਦੇ ਚਲਦਿਆਂ ਦੀਪਕ ਨੇ 10 ਅਗਸਤ ਨੂੰ ਮਜੀਠ ਮੰਡੀ ਦੇ ਏਟੀਐਮ 'ਚੋਂ 9-10 ਲੱਖ ਦੀ ਚੋਰੀ ਕੀਤੀ ਸੀ। ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੀ ਬੈਂਕ ਮੈਨੇਜਰਾਂ ਨਾਲ ਉਸਦੇ ਲਿੰਕ ਹੋਣ ਦੇ ਨਾਤੇ ਉਹ ਜਾਣਕਾਰੀ ਹਾਸਲ ਕਰਦਾ ਰਹਿੰਦਾ ਸੀ। ਜਿਸਦੇ ਚਲਦਿਆਂ ਹੁਣ ਇੱਕ ਵਾਰ ਫਿਰ ਵਾਰਦਾਤ ਨੂੰ ਅੰਜਾਮ ਦੇਣ ਲਈ ਹੋਰ ਤਿਆਰ ਬਰ ਤਿਆਰ ਸੀ ਪਰ ਉਸ ਤੋਂ ਪਹਿਲਾਂ ਹੀ ਉਸਦਾ ਸਾਥੀ ਪੁਲਿਸ ਅੜਿੱਕੇ ਆ ਗਿਆ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੀਪਕ ਨੂੰ ਦਬੋਚ ਲਿਆ। ਇਸ ਮੌਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਸ਼ੀ ਕੋਲੋਂ ਕਰੀਬ 4 ਲੱਖ ਨਕਦੀ ਬਰਾਮਦ ਹੋਈ ਹੈ ਤੇ ਹੋਰ ਨਕਦੀ ਮਿਲਣ ਦੀ ਉਮੀਦ ਹੈ ਜਿਸ ਦੇ ਨਾਲ ਨਾਲ ਬੈਂਕ ਕੋਡ ਦੀ ਮੋਬਾਈਲ ਵੀਡੀਓ ਵੀ ਭਾਲ ਕੀਤੀ ਜਾ ਰਹੀ। ਦੋ ਬੜੇ ਹੀ ਟਿਪੀਕਲ ਟਾਈਪ ਦੇ ਤੇ ਕੁਛ ਅਲੱਗ ਤਰ੍ਹਾਂ ਦੀ ਮੋਡਸ ਆਪਰੈਂਡੀ ਵਾਲੇ ਕੇਸਿਸ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਨੋਟਿਸ 'ਚ ਆਏ ਤੇ ਦੋਨਾਂ ਦੇ ਵਿੱਚ ਹੀ ਬਹੁਤ ਅੱਛੀ ਪੁਲਿਸਿੰਗ ਬਹੁਤ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਟਰੇਸ ਆਊਟ ਕੀਤਾ। ਇੱਕ ਮੈਂ ਮੈਂਸ਼ਨ ਕਰ ਦਿੰਦਾ ਬਰੀਫਲੀ, ਤੁਹਾਡੇ ਨਾਲ ਪਹਿਲਾਂ ਸਾਂਝਾ ਹੋ ਚੁੱਕਿਆ, ਇੱਕ ਕੇਸ ਸੀਗਾ ਜਿਹਦੇ 'ਚ ਇੱਕ ਰੋਮੈਨੀਅਨ ਨੈਸ਼ਨਲ ਆਇਆ ਸੀ ਅਤੇ ਉਹ ਸਕਿਮਿੰਗ ਡਿਵਾਈਸ ਲਗਾ ਕੇ ਅਤੇ ਏਟੀਐਮਸ ਵਿੱਚੋਂ ਪੈਸੇ ਕੱਢ ਲੈਂਦਾ ਸੀ ਜਾਂ ਉਹਦੇ ਵਿੱਚ ਉਹਦੀ ਪੈਸੇ ਵਗੈਰਾ ਕੱਢਣ ਦੀ ਤਿਆਰੀ ਸੀ। ਇੱਕ ਕੇਸ ਉਹ ਟਰੇਸ ਆਊਟ ਹੋਇਆ ਸੀ। ਹੁਣ ਜਿਹੜਾ ਅੱਜ ਅਸੀਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰ ਰਹੇ ਹੈਗੇ ਹਾਂ ਇਹਦੇ 'ਚ ਵੀ ਅਸੀਂ ਦੋ ਬੰਦੇ ਫੜੇ ਹੈਗੇ ਹੈ, ਇੱਕ ਦਾ ਨਾਮ ਦੀਪਕ ਗਿੱਲ ਹੈਗਾ, ਦੂਜਾ ਸ਼ਮਸ਼ੇਰ ਹੈਗਾ। ਇਹਦੇ 'ਚ ਵੀ ਦੋ ਕੇਸਿਸ ਜਿਹੜੇ ਟਰੇਸ ਆਊਟ ਹੋਏ ਹੈਗੇ, ਇੱਕ ਤਾਂ ਕੁਛ ਟਾਈਮ ਪਹਿਲਾਂ ਏਟੀਐਮ ਦੇ ਵਿੱਚੋਂ ਮਈ ਮਹੀਨੇ ਦੀ ਗੱਲ ਹੈਗੀ ਹੈ, ਉਹਦੇ ਵਿੱਚ ਕੁਛ ਕੋਡ ਵਗੈਰਾ ਲਗਾ ਕੇ ਅਰਾਊਂਡ 9 ਲੱਖ ਤੋਂ ਜ਼ਿਆਦਾ ਪੈਸਾ ਨਿਕਲਿਆ ਸੀਗਾ ਏਟੀਐਮ ਵਿੱਚੋਂ। ਇਸੇ ਤਰੀਕੇ ਨਾਲ ਆ 12 ਅਗਸਤ ਨੂੰ ਗੇਟ ਹਕੀਮਾ ਥਾਣੇ ਦੇ ਏਰੀਆ ਦੇ ਵਿੱਚੋਂ ਪੈਸਾ ਨਿਕਲਿਆ ਸੀਗਾ, ਤਕਰੀਬਨ 8 ਲੱਖ ਦੇ ਕਰੀਬ ਇਹ ਵੀ ਅਮਾਊਂਟ ਸੀਗੀ। ਸੋ ਕਾਫੀ ਹੈਵੀ ਅਮਾਊਂਟ, ਐਂਡ ਟਿਪੀਕਲੀ ਇਹ ਨਜ਼ਰ ਆਉਂਦਾ ਸੀ ਕਿ ਏਟੀਐਮ ਨੂੰ ਤੋੜਿਆ ਨਹੀਂ ਗਿਆ ਹੈਗਾ, ਉਹਦੇ 'ਚ ਕੋਈ ਡੈਮੇਜ ਨਹੀਂ ਹੈਗਾ। ਸੋ ਕੋਈ ਨਾ ਕੋਈ ਇਹੋ ਜਿਹਾ ਸਾਨੂੰ ਇੰਡੀਕੇਸ਼ਨ ਸੀਗੀ ਕਿ ਕਿਸੇ ਨੂੰ ਭੇਤੀ ਬੰਦਾ ਹੈਗਾ, ਕੋਈ ਇਨਸਾਈਡਰ ਜੋਬ ਹੈਗੀ ਹੈ। ਸੋ ਉਹਦੀ ਲੜੀ ਦੇ ਵਿੱਚ ਹੀ ASI ਰਾਜਕੁਮਾਰ, SHO ਗੇਟ ਹਕੀਮਾ ਪਲੱਸ ਇਹਨਾਂ ਦੀ ਸਾਰੀ ਟੀਮ ਜਿਹੜੀ ADCP ਸਿਟੀ 1, ACP ਸੈਂਟਰਲ ਦੇ ਤਹਿਤ ਇਹਨਾਂ ਨੇ ਇਸ ਕੇਸ ਨੂੰ ਟਰੇਸ ਕੀਤਾ ਹੈਗਾ। ਬੜਾ ਟਿਪੀਕਲ ਇਹਦੇ 2 ਚੀਜ਼ਾਂ ਆਈਆਂ ਹੈਗੀਆਂ ਕਿ ਇੱਕ ਜਿਵੇਂ ਏਟੀਐਮਸ ਨੂੰ ਅੱਗੇ ਸਰਵਿਸ ਕਰਨ ਲਈ ਦਿੱਤਾ ਹੁੰਦਾ, ਇੱਕ ਐਡਵਾਂਸ ਗ੍ਰਾਫਿਕ ਸਰਵਿਸ ਕਰਕੇ ਇੱਕ ਕੰਪਨੀ ਹੈਗੀ ਹੈ, ਉਸ ਕੰਪਨੀ ਦਾ ਇਹ ਇੰਪਲੋਈ ਸੀਗਾ ਦੀਪਕ ਗਿੱਲ ਜੋ ਹੈ, ਇਹਨੂੰ ਕਿਸੇ ਰੀਜ਼ਨ ਕਰਕੇ ਉਹਦੀ ਕੋਈ ਕਾਰਗੁਜ਼ਾਰੀ ਦੇ ਵਿੱਚ ਪਹਿਲਾਂ ਵੀ ਕੋਈ ਕਮੀ ਨੋਟਿਸ 'ਚ ਆਈ ਸੀ, ਇਹਨੂੰ ਇਹਨਾਂ ਨੇ ਇਹਦੇ 'ਚੋਂ ਕੰਪਨੀ 'ਚੋਂ ਕੱਢ ਦਿੱਤਾ ਸੀਗਾ। ਸੋ ਕੰਪਨੀ 'ਚੋਂ ਕੱਢਣ ਦੇ ਬਾਵਜੂਦ ਇਹਦੇ ਕੋਲ ਇੱਕ ਕੇਸ ਦੇ ਵਿੱਚ ਤਾਂ ਇਹਦੇ ਕੋਲ ਇੱਕ ਚਾਬੀ ਅਵੇਲੇਬਲ ਸੀ। ਸੋ ਉਹਦੇ 'ਚ ਇੱਕ ਜਿਹੜੀ ਵੀ ਕੋਈ ਉਹਦਾ ਸਿਸਟਮ ਹੁੰਦੀ ਆ ਉਹਦੇ 5-6 ਚਾਬੀਆਂ ਹੁੰਦੀਆਂ, ਸੋ ਵਨ ਆਫ ਦਾ ਕੀਜ਼ ਹੀ ਹੈਡ। ਇਸ ਤੋਂ ਇਲਾਵਾ ਜਿਹੜਾ ਉਹਦਾ ਕੋਡ ਸੀਗਾ, ਜਿਵੇਂ ਆਪਣੇ ਕੋਲ ਅਕਸਰ ਇਹ ਹੁੰਦਾ ਵੀ ਕੋਈ ਨਾ ਕੋਈ ਕੋਡ ਡਿਫੋਲਟ ਕੋਡ ਹੁੰਦਾ ਹੈ, ਈਵਨ ਜਿਵੇਂ ਆਪਣੇ ਮੋਬਾਈਲ ਆਪਾਂ ਯੂਜ਼ ਕਰਦੇ ਹਾਂ ਕੁਝ ਵੀ ਕਰਦੇ ਹਾਂ ਵੀ 999 ਪਾਤਾ ਜਾਂ 0000 ਪਾਤਾ। ਸੋ ਦਾ ਬੈਂਕ ਹੈਡ ਨੋਟ ਚੇਂਜ ਦਾ ਡਿਫੋਲਟ ਕੋਡ, ਸੋ ਡਿਫੋਲਟ ਕੋਡ ਵੀ ਨਹੀਂ ਚੇਂਜ ਹੋਇਆ ਹੈਗਾ, ਜਿਹਦੇ ਕਰਕੇ ਇਹਨੂੰ ਪਤਾ ਸੀ ਅਤੇ ਇਹਨੇ ਟਰਾਈ ਕਰਕੇ ਉਸ ਤਰੀਕੇ ਨਾਲ ਕੱਢਿਆ ਹੈਗਾ। ਇੱਕ ਹੋਰ ਚੀਜ਼ ਇਹਦੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ ਆ ਰਹੀ ਹੈ ਉਹ ਇਹ ਹੈ ਕਿ ਸਿੰਸ ਇਹ ਨੌਲੇਜੇਬਲ ਸੀ, ਇਹਨੂੰ ਕੰਪਨੀ 'ਚੋਂ ਕੱਢ ਦਿੱਤਾ ਗਿਆ ਸੀਗਾ, ਇਹ ਚੀਜ਼ ਪ੍ਰੋਪਰਲੀ ਸ਼ੇਅਰ ਨਹੀਂ ਕੀਤੀ ਗਈ ਅਲੱਗ ਅਲੱਗ। ਸੋ ਹਜੇ ਵੀ ਇਹਨੂੰ ਡਿਫਰੈਂਟ ਬੈਂਕਸ ਵਾਲੇ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕੋਈ ਮੈਟਰ ਹੁੰਦਾ ਸੀ ਇਹਨੂੰ ਕਈ ਵਾਰ ਬੁਲਾ ਲੈਂਦੇ ਸੀ ਹਜੇ ਵੀ।
ਸੋ ਉਸੇ ਪ੍ਰੋਸੈਸ 'ਚ ਇਹ ਕੀ ਕਰਦਾ ਸੀ ਕਿ ਆਪਣੇ ਮੋਬਾਈਲ ਨਾਲ ਜਦੋਂ ਕੋਈ ਉਹਦੇ 'ਚ ਕੋਡ ਪਾ ਰਿਹਾ ਜਾਂ ਕੁਛ ਕਰ ਰਿਹਾ ਤਾਂ ਉਹਦਾ ਇੱਕ ਵੀਡੀਓ ਬਣਾ ਲੈਂਦਾ ਸੀ ਅਤੇ ਉਹ ਵੀਡੀਓ ਬਣਾ ਕੇ ਉਹਦੇ ਤੋਂ ਫਿਰ ਇਹਨੂੰ ਚੂੰਕਿ ਨੌਲੇਜ ਕਾਫੀ ਹੈਗੀ ਹੈ ਉਹ ਜ਼ੂਮ ਕਰਕੇ ਉਹਦੇ 'ਤੇ ਫਿਰ ਉਹ ਕੋਡ ਕੱਢ ਕੇ ਅਤੇ ਉਸ ਕੋਡ ਦੇ ਵਿੱਚੋਂ ਫਿਰ ਫਰਦਰ ਕਰਦਾ ਸੀ ਸੋ ਇਹਨੇ ਆਲਰੇਡੀ ਇਹ ਦੋ ਵਾਰਦਾਤਾਂ ਆਲਰੇਡੀ ਕੀਤੀਆਂ ਹੈਗੀਆਂ ਤੀਜੀ ਵਾਰਦਾਤ ਵੀ ਇਹਨੇ ਆਪਣਾ ਟਾਰਗੇਟ ਇੱਕ ਹੋਰ ਬੈਂਕ ਹੈਗਾ ਏਅਰਪੋਰਟ ਦੇ ਨੇੜੇ ਉਹ ਆਈਡੈਂਟੀਫਾਈ ਕਰ ਲਿਆ ਸੀ ਉਹਦੀ ਰੈਕੀ ਕਰ ਚੁੱਕਿਆ ਹੈਗਾ ਸੀ ਸੋ ਦਿਸ ਇਜ਼ ਅ ਵੈਰੀ ਟਿਪੀਕਲ ਕੇਸ ਜਿਹਦੇ ਮੇਜਰ ਅਰੈਸਟ ਹੋ ਗਈਆਂ ਹੈਗੀਆਂ ਆਲਰੇਡੀ ਰਿਕਵਰੀਜ਼ ਜਿਹੜੀਆਂ 4,20,000 ਦੇ ਕਰੀਬ ਦੀ ਹੋ ਚੁੱਕੀ ਹੈ ਕੁਛ ਇਹਨਾਂ ਨੇ ਹੋਰ ਜਿਹੜੀ ਗੱਡੀ ਗੁੱਡੀ ਹੋਰ ਚੀਜ਼ਾਂ ਲਈਆਂ ਉਹ ਵੀ ਰਿਕਵਰੀਜ਼ ਚੱਲ ਰਹੀਆਂ ਅਤੇ ਉਹ ਪ੍ਰੋਸੈਸ ਔਨ ਹੈਗਾ ਇਹਦੇ 'ਚ ਦੋ ਚੀਜ਼ਾਂ ਜੋ ਮੈਂ ਤੁਹਾਡੇ ਰਾਹੀਂ ਕਨਵੇ ਅਤੇ ਅਸੀਂ ਆਲਰੇਡੀ ਬੈਂਕ ਅਥਾਰਟੀਜ਼ ਨਾਲ ਟੇਕਅਪ ਕਰ ਰਹੇ ਹਾਂ ਜੋ ਤੁਹਾਡੇ ਵੀ ਇੰਟਰਸਟ ਦੀਆਂ ਹੈਗੀਆਂ ਉਹ ਇਹ ਹੈਗਾ ਕਿ ਇੱਕ ਤਾਂ ਜਿਹੜੀ ਇਹ ਕੋਡ ਦੀ ਸੀਕ੍ਰੇਸੀ ਹੈ ਜੋ ਵੀ ਕੋਈ ਕੋਡ ਹੁੰਦਾ ਹੈਗਾ ਜਿਵੇਂ ਉਹਨਾਂ ਨੇ ਮੈਂ ਦੱਸਿਆ ਵੀ ਡਿਫੋਲਟ ਹੀ ਚੱਲੀ ਜਾ ਰਿਹਾ ਹੈਗਾ ਸੋ ਇੱਕ ਜਿਹੜੀ ਸਟੈਂਡਰਡ ਪ੍ਰੋਟੋਕੋਲਸ ਗਾਈਡਲਾਈਨਸ ਹੈਗੀਆਂ ਹਰ ਜਗ੍ਹਾ 'ਤੇ ਅੱਜ ਕੱਲ੍ਹ ਕਿ ਕੋਡ ਨੂੰ ਹਰ ਥੋੜ੍ਹੇ ਦਿਨਾਂ ਬਾਅਦ ਚੇਂਜ ਕਰੋ ਪਿੰਨ ਨੂੰ ਚੇਂਜ ਕਰੋ ਸੋ ਉਹ ਪ੍ਰੋਸੈਸਿਸ ਬੈਂਕਿੰਗ ਅਥਾਰਟੀਜ਼ ਨੂੰ ਕਰਨੇ ਚਾਹੀਦੇ ਆ ਵੀ ਆਰ ਰਾਈਟਿੰਗ ਟੂ ਦੈਮ ਦੂਸਰੀ ਚੀਜ਼ ਬਹੁਤ ਹੀ ਇੰਪੋਰਟੈਂਟ ਹੈ ਕੀ ਸਿਕਿਉਰਟੀ ਵੀ ਜੇ 5-6 ਚਾਬੀਆਂ ਹੈਗੀਆਂ ਕਿਸੇ ਚੀਜ਼ ਦੀ ਅਤੇ ਉਹਦੀ ਇੱਕ ਸਿਕਿਉਰਟੀ ਉਹਦੇ 'ਚ ਇੱਕ ਚਾਬੀ ਮਿਸਿੰਗ ਹੈ ਇਹ ਚੀਜ਼ ਨੂੰ ਰਿਅਲਾਈਜ਼ ਹੀ ਨਾ ਕਰਨਾ ਜਾਂ ਉਸ ਚੀਜ਼ ਨੂੰ ਕਿਸੇ ਨੇ ਪ੍ਰੋਪਰਲੀ ਫੋਲੋ ਨਾ ਕਰਨਾ ਇਹ ਵੀ ਇੱਕ ਬਹੁਤ ਵੱਡੀ ਨੈਗਲੀਜੈਂਸ ਹੈਗੀ ਹੈ ਵਿੱਚ ਵੀ ਆਰ ਆਲਸੋ ਟੇਕਿੰਗ ਅਪ ਸੋ ਆਈ ਮਸਟ ਕੰਪਲੀਮੈਂਟ ਦੀ ਗੁੱਡ ਵਰਕ ਡਨ ਬਾਏ ASI ਰਾਜਕੁਮਾਰ SHO ਗੇਟ ਕੀਮਾ ਐਂਡ ACP ਸੈਂਟਰਲ MSD ਇਹਨਾਂ ਨੂੰ ਪ੍ਰੈਸ ਨੋਟ ਦੀ ਕਾਪੀ ਦੇ ਦਿਓ ਐਜ ਆਫ ਨਾਓ 2 ਇੰਸੀਡੈਂਟਸ ਆਰ ਕਲੀਅਰਲੀ ਐਸਟੈਬਲਿਸ਼ ਕਿਉਂਕਿ ਇਹ ਅਰਾਊਂਡ 4th-5th ਮਹੀਨੇ 'ਚ ਹੀ ਇਹਦਾ ਇਹਨੂੰ ਕੱਢਿਆ ਹੈਗਾ ਇਜ਼ ਸੋਰਟ ਆਫ ਬਿਕਮ ਅਨਇੰਪਲੋਇਡ ਇਨ ਦੈਟ ਸੈਂਸ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਨੌਲੇਜ ਸੀਗੀ ਅਤੇ ਐਕਸਪਰਟੀਜ਼ ਹੈਗੀ ਹੈ ਉਹਨੂੰ ਇਹਨੇ ਮਿਸਯੂਜ਼ ਕਰਨਾ ਸ਼ੁਰੂ ਕੀਤਾ ਅਤੇ ਤੀਜਾ ਟਾਰਗੇਟ ਐਜ਼ ਆਈ ਸੈਡ ਹੈਡ ਆਲਰੇਡੀ ਆਈਡੈਂਟੀਫਾਈਡ ਇਹਨੇ ਵੀਡੀਓ ਸ਼ੀਡੀਓ ਬਣਾ ਕੇ ਉਹਦੀ ਬਣਾਈ ਹੋਈ ਗਈ ਹੈ ਇਹ ਇਹਨੇ BSC ਇਨਫੋਰਮੇਸ਼ਨ ਟੈਕਨੋਲੋਜੀ 'ਚ ਕੀਤੀ ਹੈ BSC IT ਹੈ ਪੜ੍ਹਿਆ ਲਿਖਿਆ ਹੈ ਜੀ ਉਹ ਅਸੀਂ ਇਸੇ ਕਰਕੇ ਐਜ਼ ਆਈ ਸੈਡ ਅਸੀਂ ਬੈਂਕਿੰਗ ਅਥਾਰਟੀਜ਼ ਨੂੰ ਲਿਖ ਕੇ ਭੇਜ ਰਹੇ ਹੈਗੇ ਹਾਂ ਦੇ ਮਸਟ ਐਗਜ਼ਾਮਿਨ ਇਟ ਐਜ਼ ਆਫ ਨਾਓ ਇਹਦੇ 'ਚ ਉਹਨਾਂ ਦੀ ਮਿਲੀ ਭੁਗਤ ਨਹੀਂ ਆਈ ਹੈ ਮੈਲਾਫਾਈਡ ਨਹੀਂ ਹੈ ਬਟ ਨੈਗਲੀਜੈਂਸ ਜ਼ਰੂਰ ਹੈ ਸੋ ਵੀ ਲਾਈਕ ਟੂ ਐਗਜ਼ਾਮਿਨ ਦੈਟ ਬਾਕੀ ਚਾਬੀਆਂ ਡੁਪਲੀਕੇਟ ਚਾਬੀਆਂ ਨਹੀਂ ਨਹੀਂ ਇੰਨੀ ਚਾਬੀਆਂ ਨਹੀਂ ਲੱਗਦੀਆਂ ਬੇਸਿਕਲੀ ਤਾਂ ਕੋਡਸ ਹੈਗੇ ਨਾ ਤਾਂ ਕੋਡਸ ਆਰ ਦੇਅਰ ਐਂਡ ਦੇਅਰ ਇਜ਼ ਅ ਕੀ ਬਾਕੀ ਹੋਰ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਰਿਕਵਰੀ ਚੱਲ ਰਹੀ ਹੈ ਇੰਟਰੋਗੇਸ਼ਨ ਚੱਲੇਗੀ ਜੇ ਕੋਈ ਹੋਰ ਚੀਜ਼ ਨੋਟਿਸ ਚਾਹੀ ਵਿਲ ਸ਼ੇਅਰ ਦੈਟ ਆਲਸੋ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ